ਯਾਨੀ ਹਰਪ੍ਰੀਤ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਉਹਨਾਂ ਦੇ ਘਰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਦੱਸ ਦਈਏ ਕਿ ਅੱਜ ਸਵੇਰੇ ਪਹਿਲਾਂ ਜਿੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਉੱਥੇ ਹੀ ਹੁਣ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਵਟਾਲਾ ਵੀ ਉੱਥੇ ਪਹੁੰਚੇ ਨੇ, ਪਰਮਿੰਦਰ ਢੀਂਡਸਾ ਵੀ ਪਹੁੰਚੇ ਨੇ ਤੇ ਇਸ ਦੇ ਨਾਲ ਹੀ ਕਰਨੈਲ ਸਿੰਘ ਪੰਜੋਲੀ ਵੀ ਉੱਥੇ ਪਹੁੰਚ ਚੁੱਕੇ ਨੇ ਤੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੋਂ ਦੁਖੀ ਹੋ ਕੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਕਾਫੀ ਗੰਭੀਰ ਇਲਜ਼ਾਮ ਜੋ ਨੇ ਉਹਨਾਂ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਦੇ ਉੱਤੇ ਲਗਾਏ ਗਏ ਸੀ। ਹਾਲਾਂਕਿ ਜਿਵੇਂ ਹੀ ਉਹਨਾਂ ਦੇ ਵੱਲੋਂ ਵੀਡੀਓ ਸੰਦੇਸ਼ ਰਾਹੀਂ ਆਪਣੇ ਅਸਤੀਫੇ ਦੀ ਘੋਸ਼ਣਾ ਕੀਤੀ ਜਾਂਦੀ ਹੈ, ਅਸਤੀਫਾ ਦਿੱਤਾ ਜਾਂਦਾ ਹੈ, ਤਾਂ ਉਸ ਤੋਂ ਠੀਕ ਕੁਝ ਹੀ ਸਮੇਂ ਬਾਅਦ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਘਬੀਰ ਸਿੰਘ ਉਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੰਦੇਸ਼ ਦਿੱਤਾ ਜਾਂਦਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਉਹਨਾਂ ਦੇ ਵੱਲੋਂ ਵੀ ਤੁਰੰਤ ਅਸਤੀਫਾ ਦਿੱਤਾ ਜਾਵੇਗਾ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ SGPC ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਉਹਨਾਂ ਦੇ ਵੱਲੋਂ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ। ਪਰ ਲਗਾਤਾਰ ਹੁਣ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਘਰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਨਾਲ ਨਾਲ ਹੋਰ ਵੀ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਮੀਟਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਿੱਥੇ SGPC ਦੇ ਵੱਲੋਂ ਉਹਨਾਂ ਦੇ ਅਸਤੀਫੇ ਨੂੰ ਨਾ ਮਨਜ਼ੂਰ ਕੀਤਾ ਗਿਆ ਉਸ ਨੂੰ ਲੈ ਕੇ ਵਿਚਾਰ ਚਰਚਾਵਾਂ ਚੱਲ ਰਹੀਆਂ ਨੇ। ਦੱਸ ਦਈਏ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਪੰਜੋਲੀ, ਇਸ ਤੋਂ ਇਲਾਵਾ ਹੋਰ ਵੀ ਵੱਡੇ ਜੋ ਚਿਹਰੇ ਨੇ ਉਹ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ਦੇ ਉੱਤੇ ਪਹੁੰਚ ਰਹੇ ਨੇ ਤੇ ਮੁਲਾਕਾਤ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹਨਾਂ ਸਭ ਨੂੰ ਦੇਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਦੀ ਸੁਰੱਖਿਆ ਵੀ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਦੇ ਜਵਾਨਾਂ ਨੂੰ ਤੈਨਾਤ ਕਰ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਆਖਿਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ, ਕੀ ਉਹ ਆਪਣਾ ਅਸਤੀਫਾ ਵਾਪਿਸ ਲੈਂਦੇ ਨੇ ਜਾਂ ਫਿਰ ਨਹੀਂ। ਇਹ ਦੇਖਣਾ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੋਵੇਗਾ ਕਿਉਂਕਿ ਹਾਲੇ ਤੱਕ ਉਹਨਾਂ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਸਾਹਮਣੇ ਆਈ ਹੈ। ਪੰਥ ਬਹੁਤ ਹੀ ਗਹਿਰੇ ਸੰਕਟ 'ਚ ਕਹਿ ਸਕਦਾ, ਬੜੀ ਗਹਿਰੀ ਚੁਣੌਤੀ ਦੇ ਵਿੱਚੋਂ ਗੁਜ਼ਰ ਰਿਹਾ ਔਰ ਅਫਸੋਸ ਇਸ ਗੱਲ ਦਾ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ, ਸਤਿਕਾਰ, ਵਿਸ਼ਵਾਸ, ਆਸਥਾ ਨੂੰ ਕਾਇਮ ਰੱਖਣ ਵਿੱਚ ਰੋਲ ਅਦਾ ਕਰਨਾ, ਮਤਲਬ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਇੱਕ ਪਹਿਰੇਦਾਰ ਦੇ ਤੌਰ 'ਤੇ ਪਾਰਟੀ ਬਣਾਈ ਸੀ, ਵਲੰਟੀਅਰ ਫੋਰਸ ਦੇ ਤੌਰ 'ਤੇ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਬਣਾਇਆ ਸੀ। ਸਭ ਤੋਂ ਪਹਿਲਾ ਡਿਊਟੀ ਇਹ ਸੀ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਪੰਥ ਦੀਆਂ, ਇਹਨਾਂ ਦੀ ਰਾਖੀ ਕੀਤੀ ਜਾਵੇ, ਇਹਨਾਂ ਦੀ ਮਾਨ ਮਰਿਆਦਾ ਨੂੰ ਕਿਤੇ ਵੀ ਠੇਸ ਪਹੁੰਚੇ ਤਾਂ ਉਹ ਪਹੁੰਚਣ ਨਹੀਂ ਦੇਣੀ, ਉੱਥੇ ਹਰ ਕੁਰਬਾਨੀ ਕਰਨ ਤੱਕ ਜਾਣਾ। ਔਰ ਇਤਿਹਾਸ ਗਵਾਹ ਕਿ ਜਦੋਂ ਵੀ ਕਿਤੇ ਪੰਥ ਦੀਆਂ ਇਹਨਾਂ ਸੰਸਥਾਵਾਂ ਨੂੰ ਚੁਣੌਤੀ ਆਈ ਜਾਂ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਹਿੱਕ ਡਾਹ ਕੇ ਲੜਿਆ। ਹੁਣ ਜੇ ਬਾੜੀ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਕਿਵੇਂ ਵੱਧ ਸਕਦਾ। ਅੱਜ ਜੋ ਹਾਲਾਤ ਬਣੇ, ਖਾਸ ਤੌਰ 'ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਪਣੇ ਮੁਖਾਰਬਨ ਤੋਂ ਗੱਲਾਂ ਕਹੀਆਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਖੰਡਾ ਖੜਕਾਉਣ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜੇ ਇੱਕ ਖਾਸ ਵਿਅਕਤੀ ਦੇ ਹੱਕ ਵਿੱਚ ਫੈਸਲਾ ਨਾ ਕੀਤਾ ਤਾਂ ਇਹ ਤੋਂ ਫਿਰ ਮੰਦਭਾਗੀ ਗੱਲ ਕੀ ਹੋ ਸਕਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਕਹਾਉਣ ਵਾਲੇ ਲੋਕ ਜਥੇਦਾਰ ਸਾਹਿਬਾਨਾਂ ਨੂੰ ਘਰੇ ਜਾ ਕੇ ਦਬਕੇ ਮਾਰਨ ਅਤੇ ਫਿਰ ਹੋਰ ਵੀ ਭਾਂਡਾ ਭੰਨਿਆ। ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜਥੇਦਾਰ ਸ੍ਰੀ ਦਮਦਮਾ ਸਾਹਿਬ ਨੇ ਜਦੋਂ ਉਹਨਾਂ ਨੇ ਮਤਲਬ ਬੜੀ ਇੱਕ ਭਾਵਕ ਗੱਲ ਕੀਤੀ ਜਦੋਂ ਅਸਤੀਫਾ ਦਿੱਤਾ ਕਿ ਉਹਨਾਂ ਦੇ ਪਰਿਵਾਰਾਂ ਤੱਕ, ਉਹਨਾਂ ਦੇ ਬੱਚਿਆਂ ਤੱਕ, ਉਹਨਾਂ ਦੀਆਂ ਧੀਆਂ ਤੱਕ ਮਤਲਬ ਜਿਸ ਤਰ੍ਹਾਂ ਮਤਲਬ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜਿਸ ਤਰ੍ਹਾਂ ਉਹਨਾਂ ਦੀ ਜਾਤ ਤੱਕ ਨੂੰ ਪਰਖਿਆ ਗਿਆ। ਸਾਡੇ ਗੁਰੂ ਨੇ ਤਾਂ ਜਦੋਂ ਜਾਤ ਦੀ ਗੱਲ ਆਈ ਸੀ ਸਰਮਾਏਦਾਰਾਂ ਨੂੰ ਭਜਾਤਾ ਸੀ ਵੀ ਤੁਹਾਡੀ ਮੈਨੂੰ ਲੋੜ ਨਹੀਂ, ਮੈਂ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ, ਪਰ ਜਿਹੜੇ ਮਿਹਨਤੀ ਕਿਰਤੀ ਦਲਿਤ ਲੋਕ ਨੇ ਮੈਂ ਉਹਨਾਂ ਦੇ ਸਿਰ 'ਤੇ ਪੰਥ ਰਚਾਂਗਾ। ਅਤੇ ਇਹ ਅੱਜ ਵੀ ਸਰਮਾਏਦਾਰ ਲੋਕ ਅੱਜ ਵੀ ਉਸ ਸਰਮਾਏ ਦੇ ਹੰਕਾਰ ਦੇ ਵਿੱਚ ਆ ਕੇ ਜਾਤ ਪਾਤ ਦੇ ਮਤਲਬ ਗੱਲਾਂ ਕਰਕੇ ਕਟਾਸ ਕਰ ਰਹੇ ਨੇ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਾਤਾਂ ਤੱਕ ਪਰਖਿਆ ਗਿਆ, ਮਾੜੀ ਗੱਲ ਕੀ ਹੋ ਸਕਦੀ ਆ? ਸਾਡੇ ਲਈ ਚਿੰਤਾ, ਮੈਂ ਕਹਿ ਰਿਹਾ ਸੀ ਇਹ ਦੁਖਦਾਈ ਪੱਖ ਆ ਸਾਡਾ ਕਿ ਮਤਲਬ ਜਿਹੜੇ ਗੁਰੂ ਨੇ ਪੰਥ ਰਚਿਆ ਜਾਤ ਪਾਤ ਖਤਮ ਕਰਕੇ ਅੱਜ ਜਾਤ ਪਾਤ ਦੇ ਕਟਾਸ ਕਿੱਥੇ ਜਾਂਦੇ ਹੋਣ, ਮਤਲਬ ਕੀ ਇਹਦਾ ਮਤਲਬ ਵੀ ਸਰਮਾਏਦਾਰ ਲੋਕ ਤਖਤਾਂ ਦੇ ਜਥੇਦਾਰ ਬਣ ਸਕਦੇ ਆ?
ਅਮੀਰ ਲੋਕ ਇਹ ਤਖਤਾਂ ਦੇ ਜਥੇਦਾਰ ਬਣ ਸਕਦੇ ਆ, ਗਰੀਬ ਬਣ ਹੀ ਨਹੀਂ ਸਕਦਾ। ਮਤਲਬ ਇਹ ਤਾਂ ਇੱਕ ਬੜੀ ਵੱਡੀ ਚੁਣੌਤੀ ਆ ਪੰਥ ਲਈ, ਸਮੁੱਚੇ ਖਾਲਸਾ ਪੰਥ ਲਈ, ਪੰਥ ਹਿਤੈਸ਼ੀਆਂ ਲਈ, ਪੰਥ ਦਰਦੀਆਂ ਲਈ। ਸੋ ਇਸ ਲਈ ਇਹਦਾ ਹੱਲ ਗੁਰੂ ਲੱਭਣਗੇ, ਔਰ ਮੈਂ ਸਮਝਦਾ ਪੰਥ ਹਿਤੈਸ਼ੀ ਲੋਕ ਲੱਭਣਗੇ। ਔਰ ਸਾਨੂੰ ਅਫਸੋਸ ਆ ਕਿ ਜਿਨ੍ਹਾਂ ਨੇ ਰਾਖੀ ਕਰਨੀ ਆ ਉਹ ਅਜੇ ਚੁੱਪ ਕਰੀ ਬੈਠੇ ਨੇ। ਸੋ ਅੱਜ ਇਹਨਾਂ ਹਾਲਾਤਾਂ ਵਿੱਚ ਪੰਥ ਜਿਹੜਾ ਹੈ, ਪੰਥ ਪ੍ਰਸਤ ਲੋਕ ਜਿਹੜੇ ਨੇ, ਉਹ ਹਰ ਸੰਸਥਾ ਜਿਹੜੀ ਹੈ, ਗਿਆਨੀ ਹਰਪ੍ਰੀਤ ਸਿੰਘ ਹੋਣਾ, ਗਿਆਨੀ ਰਘਵੀਰ ਸਿੰਘ ਹੋਣਾ, ਇਸ ਚੁਣੌਤੀ ਦੇ ਵਿੱਚ ਖੜੀ ਆ। ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚੋਂ ਨਵਾਂ ਰਾਹ ਪੰਥ ਲੱਭੇਗਾ ਜਥੇਦਾਰ ਸਾਹਿਬਾਨਾਂ ਦੇ ਨਾਲ ਖੜ ਕੇ। ਬੜੀ ਵੱਡੀ ਸਾਜ਼ਿਸ਼ ਆ ਇੱਕ ਏਜੰਸੀਆਂ ਦੇ ਰਾਹੀਂ ਕੁਛ ਲੋਕਾਂ ਨੂੰ ਮੋਹਰੇ ਬਣਾ ਕੇ ਪੰਥ ਦੀਆਂ ਸੰਸਥਾਵਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ, ਔਰ ਸਾਡੇ ਮਾਣਯੋਗ ਤਖਤਾਂ ਤੇ ਜਿਹੜੇ ਸੁਸ਼ੋਭਿਤ ਜਥੇਦਾਰ ਸਾਹਿਬਾਨ ਨੇ ਉਹਨਾਂ ਦੇ ਕਿਰਦਾਰ ਕੁਛ ਵੀ ਕੀਤੀ ਜਾ ਰਹੀ ਆ। ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਤਿਕਾਰ ਤੇ ਆਸਥਾ ਨੂੰ ਠੇਸ ਪਹੁੰਚਾਉਣ ਲਈ ਇੱਕ ਸਾਜ਼ਿਸ਼ ਦੇ ਅਧੀਨ ਯਤਨ ਹੋ ਰਹੇ ਨੇ। ਸਮੁੱਚੇ ਖਾਲਸਾ ਪੰਥ ਨੂੰ ਇਹ ਸਮਝਣ ਦੀ ਜ਼ਰੂਰਤ ਆ।